ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਮਹਿਕ ਦੀ ਸੁਗਾਤ ਦੇ ਵਿੱਚ। ਅਤੇ ਅੱਜ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ। ਜਦੋਂ ਪੰਜਾਬ ਤੋਂ ਆ ਕੇ ਰਾਜਸਥਾਨ ਦੇ ਵਿੱਚ ਅਸੀਂ ਰਿਹਾਇਸ਼ ਕਰੀ ਸੀ ਤਾਂ ਜਿਹੜੀ ਆਪਣੀ ਪ੍ਰਾਇਮਰੀ ਸਕੂਲ ਤੱਕ ਦੀ ਪੜ੍ਹਾਈ ਜਿਹੜੇ ਸਕੂਲ ਤੋਂ ਆਪਾਂ ਕਰੀ ਸੀ, ਅੱਜ ਉਸੇ ਸਕੂਲ ਦੀ ਵਿਜ਼ਿਟ ਕਰਨ ਦਾ ਸਾਨੂੰ ਮੌਕਾ ਮਿਲਿਆ। ਅਤੇ ਅੱਜ ਦੀ ਜਿਹੜੀ ਸਾਡੀ ਵਿਜ਼ਿਟ ਹੈ ਉਹ GN ਪਬਲਿਕ ਸੈਕੰਡਰੀ ਸਕੂਲ ਦੀ ਕਰਾਂਗੇ। ਅਤੇ ਅੱਜ ਇੱਥੇ ਇੱਕ ਓਪਨਿੰਗ ਫੰਕਸ਼ਨ ਵੀ ਹੈ, ਉਸ ਫੰਕਸ਼ਨ ਦੀਆਂ ਝਲਕੀਆਂ ਵੀ ਤੁਹਾਨੂੰ ਦਿਖਾਵਾਂਗੇ। ਅਤੇ ਇੱਥੋਂ ਦੇ ਮੈਨੇਜਿੰਗ ਡਾਇਰੈਕਟਰ ਇਨਾਇਤ ਅਲੀ ਸਰ ਨਾਲ ਆਪਾਂ ਗੱਲਬਾਤ ਵੀ ਕਰਾਂਗੇ, ਸਟਾਫ ਨਾਲ ਵੀ ਗੱਲਬਾਤ ਕਰਾਂਗੇ, ਅਤੇ ਸਕੂਲ ਦੀ ਵਿਜ਼ਿਟ ਹੈ ਜਿਹੜੀ ਉਹ ਵੀ ਤੁਹਾਨੂੰ ਕਰਾਵਾਂਗੇ। ਤਾਂ ਆਓ ਦੋਸਤੋ, ਤੁਹਾਨੂੰ ਲੈ ਕੇ ਚੱਲਦੇ ਹਾਂ GN ਪਬਲਿਕ ਸੈਕੰਡਰੀ ਸਕੂਲ ਦੇ ਵਿੱਚ। ਜਿਹੜੀ ਗੱਲਬਾਤ ਅੱਜ ਦੀ ਆਪਾਂ ਉਹ GN ਸਕੂਲ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਹੈ ਇਨਾਇਤ ਅਲੀ ਸਰ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਆਪਾਂ ਗੁਰੂ ਜੀ ਦਾ ਸਵਾਗਤ ਕਰਦੇ ਹਾਂ। ਸਰ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮਹਿਕ ਦੀ ਸੁਗਾਤ ਦੇ ਵਿੱਚ। ਅਤੇ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਅਤੇ ਸਰ, ਸ਼ੁਰੂਆਤ ਕਰਦੇ ਹਾਂ ਆਪਾਂ GN ਸਕੂਲ ਦੀ, ਤਾਂ ਜਿਹੜੀ ਇਹਦੀ ਨੀਂਹ ਰੱਖੀ ਗਈ ਸੀ ਉਹ ਕਿਹੜੇ ਸੰਨ 'ਚ ਰੱਖੀ ਸੀ ਅਤੇ ਕਦੋਂ ਇਹਦੀ ਸ਼ੁਰੂਆਤ ਹੋਈ ਸੀ? ਜੁਲਾਈ 1989 ਦੇ ਵਿੱਚ। ਅਤੇ ਅੱਜ ਨੀਰ ਬਾਬੂਟੋ ਇਹਨੂੰ ਹੋ ਗਏ 33 ਵਰਸ। ਅਤੇ ਸਰ, ਮੈਨੇਜਮੈਂਟ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਮੈਨੇਜਮੈਂਟ ਦੇ ਵਿੱਚ ਮਤਲਬ ਤੁਸੀਂ ਇਹਨੂੰ ਸੰਭਾਲਣ ਵਾਲੇ? ਜੀ ਹਾਂ ਜੀ ਹਾਂ। ਅਤੇ ਸਟਾਰਟਿੰਗ ਵੀ ਤੁਹਾਡੇ ਵੱਲੋਂ ਹੀ ਕੀਤੀ? ਜੀ ਜੀ ਜੀ। ਠੀਕ ਹੈ। ਅਤੇ ਸਰ, ਕਿਵੇਂ ਦਾ ਲੱਗਦਾ ਅੱਜ 33 ਸਾਲ ਦਾ ਸਫ਼ਰ ਤੁਹਾਡਾ ਹੋਇਆ ਪੂਰਾ? ਅਤੇ 33 ਸਾਲ ਸੇ ਪਹਿਲੇ ਮੈਂ ਇੱਕ ਅਧਿਆਪਕ ਦੇ ਰੂਪ ਮੈਂ ਆਪਣੇ ਸ਼ਹਿਰ ਕੇ ਪੁਰਾਣੇ ਵਿਦਿਆਲਿਆ ਖਾਲਸਾ ਆਦਰਸ਼ ਉੱਚ ਮਾਧਿਮਿਕ ਵਿਦਿਆਲਿਆ ਮੈਂ ਐਜ ਏ ਟੀਚਰ, ਐਜ ਏ ਸਕੂਲ ਇੰਚਾਰਜ ਲਗਭਗ 4-4.5 ਸਾਲ ਸੇਵਾਏ ਦੀ। ਉਸਕੇ ਬਾਅਦ ਮੈਂ ਉਨਕੀ ਅਨੁਮਤੀ ਸੇ, ਉਨਕੀ ਸਹਿਮਤੀ ਸੇ ਬਾਬਾ ਭੁੱਲਰ ਜੀ ਸਵਰਗੀ ਹੈ ਔਰ ਉਸ ਟਾਈਮ ਕੀ ਗਰਲ ਸਕੂਲ ਕੀ ਪ੍ਰਿੰਸੀਪਲ ਭੁਪਿੰਦਰ ਕੌਰ ਜੀ ਔਰ ਸਰਦਾਰ ਮੋਹਰ ਸਿੰਘ ਜੀ ਨੇ ਆ ਕੇ ਮੇਰੇ ਨਵੇਂ ਸਕੂਲ GN ਪਬਲਿਕ ਸਕੂਲ ਜੋ ਪ੍ਰਾਇਮਰੀ ਸੈਕਸ਼ਨ ਮੈਨੇ ਸ਼ੁਰੂ ਕੀਆ ਥਾ 89 ਮੈਂ, ਮਈ 89 ਮੈਂ ਉਹਨੇ ਆ ਕੇ ਸ਼ੁਰੂਆਤ ਕੀ। ਅਤੇ ਸ਼ੁਰੂਆਤ ਆਪਾਂ ਪ੍ਰਾਇਮਰੀ, ਹਾਂ ਪ੍ਰਾਇਮਰੀ ਸੈਕਸ਼ਨ ਕੀ ਜੋ ਪਿੱਛੇ ਅਬ ਸ਼ਿਵ ਵਾਟਿਕਾ ਹੈ, ਬਿਲਕੁਲ, ਜਿਸਕੋ ਪੁਰਾਣਾ ਸਿੰਧੀ ਮੁਹੱਲਾ ਵੀ ਕਹਤੇ ਹੈ। ਠੀਕ। ਵਹਾਂ ਮੈਨੇ ਕਿਰਾਏ ਕੀ ਜੋ ਕੋਨੇ ਵਾਲੀ ਬਿਲਡਿੰਗ ਹੈ ਉਸਮੇ ਆਪਣਾ ਯੇ ਐਜੂਕੇਸ਼ਨ ਦੇਣੇ ਕਾ ਸਫ਼ਰ, ਇਹ ਸਕੂਲ ਪ੍ਰਾਇਮਰੀ ਸੈਕਸ਼ਨ ਸ਼ੁਰੂ ਕੀਆ। ਅਤੇ ਸਰ, ਕੁਝ ਕੁ ਗੱਲਾਂ ਜਿਹੜੇ ਅਸੀਂ ਨਿੱਜੀ ਤੌਰ 'ਤੇ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਜਿਵੇਂ GN ਸਕੂਲ ਦੇ ਬਾਰੇ ਤਾਂ ਲੋਕ ਜਾਣਦੇ ਇੱਛੁੱਕ ਹੈ ਹੀ, ਤੁਹਾਡੀ ਜੀਵਨੀ ਦੇ ਬਾਰੇ ਵੀ ਅਸੀਂ ਥੋੜ੍ਹਾ ਬਹੁਤ ਉਸ ਦੇ ਵਿੱਚ ਐਂਟਰੈਂਸ ਕਰਾਂਗੇ। ਤਾਂ ਸਰ, ਜਿਵੇਂ ਤੁਹਾਡਾ ਬਚਪਨ ਆਈ ਆ, ਸ਼ੁਰੂਆਤ ਸਾਧੂ ਸ਼ਹਿਰ ਤੋਂ ਹੀ ਮਤਲਬ? ਨਹੀਂ, ਸਾਧੂ ਸ਼ਹਿਰ ਨਹੀਂ, ਮੈਂ ਕਰੀਬ ਕੇ ਗਾਂਵ ਖੈਰਵਾਲਾ, ਜੋ ਯਹਾਂ ਸੇ 10 ਕਿਲੋਮੀਟਰ ਦੂਰ ਹੈ। ਠੀਕ ਹੈ। ਵਹਾਂ ਹੀ ਮੇਰੀ ਪੈਦਾਇਸ਼ ਹੋਈ ਹੈ, ਵਹੀਂ ਕਾ ਮੂਲ ਰਹਿਣ ਵਾਲਾ ਹੂੰ ਮੈਂ। ਅਤੇ ਸਾਧੂ ਸ਼ਹਿਰ ਦੇ ਵਿੱਚ ਐਂਟਰੀ ਕਦੋਂ ਲਈ? ਸਾਧੂ ਸ਼ਹਿਰ ਮੈਂ ਐਂਟਰੀ ਮੇਰੀ ਐਜ ਏ ਟੀਚਰ 89 ਸੇ ਪਹਿਲੇ, ਮੇਰੇ ਸਕੂਲ ਸੇ ਪਹਿਲੇ 82 ਮੈਂ ਐਜ ਏ ਟੀਚਰ ਕੇ ਰੂਪ ਮੈਂ ਆਇਆ ਮੈਂ ਇੱਥੇ ਸਾਧੂ ਸ਼ਹਿਰ। ਪਹਿਲੇ ਹੀ ਜੁਆਇਨਿੰਗ ਔਰ ਸ਼ਿਕਸ਼ਕ ਬਣਨੇ ਕਾ ਸੌਭਾਗਿਆ ਖਾਲਸਾ ਸਕੂਲ ਸੇ ਮਿਲਾ। ਠੀਕ ਹੈ। ਅਤੇ ਸਰ, ਤੁਹਾਡੀ ਸਟੱਡੀ ਜਿਹੜੀ ਰਹੀ ਹੈ ਉਹ ਫਿਰ ਤੁਸੀਂ ਆਪਦੀ ਸਟੱਡੀ ਬਾਰੇ ਥੋੜ੍ਹਾ ਜਿਹਾ ਹੋਰ? ਜੀ ਹਾਂ, ਮੈਨੇ ਯਹਾਂ ਸੀਨੀਅਰ ਸੈਕੰਡਰੀ ਸਕੂਲ ਸਾਧੂ ਸ਼ਹਿਰ ਸੇ ਸੀਨੀਅਰ ਕਰਨੇ ਕੇ ਬਾਅਦ ਮੈਂ ਗੰਗਾਨਗਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੇ ਲਈ ਗੰਗਾਨਗਰ ਚਲਾ ਗਿਆ। ਠੀਕ ਹੈ ਜੀ। ਵਹਾਂ ਉਸਕੇ ਬਾਅਦ ਮੈਂ ਫਿਰ ਮੈਨੇ 82 ਮੈਂ ਖਾਲਸਾ ਸਕੂਲ ਜੁਆਇਨ ਕੀਆ। ਠੀਕ ਹੈ। ਐਜ ਏ ਸ਼ਿਕਸ਼ਕ। ਐਜ ਏ ਸ਼ਿਕਸ਼ਕ। ਅਤੇ ਸਰ, ਸਟਾਫ ਦੀ ਗੱਲ ਕਰਦੇ ਹਾਂ ਮੌਕੇ 'ਤੇ, ਆਪਣੇ ਕੋਲ ਸਟਾਫ ਕਿੰਨਾ ਹੈ ਜੀ? ਸਟਾਫ ਮੇਰੇ ਪਾਸ ਵਰਤਮਾਨ ਮੈਂ 12 ਟੀਚਿੰਗ ਸਟਾਫ ਹੈ, ਬਾਕੀ ਹੈਲਪਿੰਗ ਸਟਾਫ ਹੈ, ਕੰਪਿਊਟਰ ਐਜੂਕੇਸ਼ਨ ਵਾਲੇ ਕੰਪਿਊਟਰ ਟੀਚਰ ਹੈ, ਪੀਓਨ ਵਗੈਰਾ ਜੋ ਵੀ ਜ਼ਰੂਰਤ ਕੇ ਹਿਸਾਬ ਸੇ। ਔਰ ਜੋ ਸਟਾਰਟ ਕੀਆ ਮੈਨੇ ਇਸ ਵਰਸ ਲਾਸਟ ਈਅਰ ਜੁਲਾਈ ਸੇ, ਪਲੇ ਵੇ ਡੇ ਕੇਅਰ ਸੈਂਟਰ ਸਕੂਲ, ਜਿਸਕੋ ਪਲੇ ਵੇ ਸਕੂਲ ਕਹਤੇ ਹੈ, ਉਹ ਸਟਾਰਟ ਕਰਦੀ ਹੈ ਲਾਸਟ ਈਅਰ ਸੇ। ਔਰ ਨਰਸਰੀ LKG ਵੀ ਸਟਾਰਟ ਕਰਦੀ ਥੀ ਇੰਗਲਿਸ਼ ਮੀਡੀਅਮ, ਇਹ ਵੀ ਗਾਰਜੀਅਨਸ ਕੀ ਇੱਕ ਇੱਛਾ ਥੀ ਜਾਂ ਉਨਕੀ ਰਿਕੁਐਸਟ ਥੀ, ਨਿਵੇਦਨ ਥਾ, ਔਰ ਮੇਰੇ ਸਟਾਫ ਕਾ ਵੀ ਮਨ ਥਾ, ਫੈਮਿਲੀ ਮੈਂਬਰ ਕਾ ਵੀ ਮਨ ਥਾ ਵੀ ਇੰਗਲਿਸ਼ ਮੀਡੀਅਮ ਸ਼ੁਰੂ ਕੀਆ ਜਾਏ। ਸਟਾਰਟ ਮੈਨੇ ਲਾਸਟ ਈਅਰ 3 ਕਲਾਸਾਂ ਸ਼ੁਰੂ ਕਰ ਦਿਆ। ਇਸ ਵਰਸ ਅੱਜ ਜੈਸੇ ਓਪਨਿੰਗ ਜੋ ਹੋ ਰਹੀ ਹੈ, ਇਹ ਪਲੇ ਵੇ ਔਰ ਇੰਗਲਿਸ਼ ਮੀਡੀਅਮ GN ਸਕੂਲ ਇੰਗਲਿਸ਼ ਮੀਡੀਅਮ ਕੀ ਹੋ ਰਹੀ ਹੈ, ਜੋ ਨਰਸਰੀ ਟੂ 5th ਤੱਕ ਰਹੇਗਾ। ਠੀਕ ਹੈ। ਅਤੇ ਸਰ, ਮੌਕੇ 'ਤੇ ਆਪਣਾ ਸੈਕੰਡਰੀ ਸਕੂਲ ਹੈ? ਜੀ ਹਾਂ, ਹਾਈ ਸਕੂਲ ਹੈ। ਠੀਕ ਹੈ। ਜੋ ਸਨ 2000 ਮੈਂ ਇਹ ਪ੍ਰਮੋਟ ਹੋ ਗਿਆ ਥਾ, ਮੈਂ ਹਾਈ ਸਕੂਲ 2000 ਮੈਂ ਮੇਰੇ ਸ਼ੁਰੂ ਹੋ ਗਿਆ ਥਾ। ਅਤੇ ਉਸਕੇ ਬਾਅਦ ਮੈਂ ਮੈਨੇ ਸੀਨੀਅਰ ਨਹੀਂ ਕੀਆ ਅੱਜ ਤੱਕ। ਨਹੀਂ ਕੀਆ, ਹਾਈ ਸਕੂਲ ਹੀ ਚੱਲ ਰਿਹਾ, ਸੈਕੰਡਰੀ ਸਕੂਲ ਹੀ ਚੱਲ ਰਿਹਾ। ਅਤੇ ਸਰ, ਮੌਕੇ 'ਤੇ ਗੱਲ ਕਰੀਏ, ਆਪਣੇ ਕੋਲ ਕਿੰਨਾ ਬੱਚਾ ਪੜ੍ਹ ਰਿਹਾ ਸੈਕੰਡਰੀ ਦਾ?
सेकेंडरी तक मेरे पास 175 बच्चा है। ठीक है। कोविड के कारण बच्चे प्रत्येक प्राइवेट स्कूल से ड्रॉप आउट हो गए। ठीक है। उसका कारण है आसपास के गांवों से व्हीकल पे आना, बसों पे आना, स्कूल वैन पे आना, लोगों का काम धंधा ठप हो गया। जाहिर सी बात है कि प्राइवेट स्कूल में बच्चा पढ़ेगा तो उसको पे करना पड़ेगा, क्योंकि प्राइवेट स्कूल केवल और केवल फीस पे ही चलता है। ठीक है जी। कोई गवर्नमेंट अनुदान किसी भी विद्यालय को नहीं है। नहीं है जी। इसलिए माँ बाप ने ये सोचा भी स्कूल फीस भरेंगे, स्कूल तो बंद है, ये तो प्रमोट कर रहे हैं हर साल, दो साल वो सिलसिला चलता रहा, बस का किराया नहीं पे कर सकते थे, इसलिए किसी ने गांव में शिफ्ट कर दिया, किसी ने लोकल के सरकारी स्कूलों में कर दिया। लगभग प्रत्येक प्राइवेट स्कूल से, जैसे मेरे 100-125 गए, किसी के 150 गए, किसी के 50 गया, तो लगभग प्राइवेट स्कूल खास करके हिंदी मीडियम स्कूलों को बहुत बड़ा लॉस हुआ है कोविड काल में। ठीक है। फिर भी हमने हमारे स्टाफ को उस पीरियड का पेमेंट दिया है, सैलरी दी है हमने। ठीक। लगभग सभी प्राइवेट स्कूलों ने दिए, मैंने दिए, मेरी बात कर रहा हूँ, मैं अकेला मेरी बड़ाई नहीं करूँगा, शहर की अन्य प्राइवेट संस्थाओं ने सब ने कोविड काल में किसी भी टीचर को निकाला नहीं है। ठीक। और सबको पेमेंट दी है, चाहे हमारी फीस आई है चाहे नहीं आई है, चाहे हमने माफ़ कर दी, चाहे लोगों ने कहा जी छोड़ो जी इतनी दे सकते हैं, तो भी लेके हमने उनका खाता क्लोज कर दिया। ठीक है। ये रहा तो सर जेड़ा तुसी प्ले वे स्कूल इंग्लिश कॉन्वेंट जेड़ा शुरू करी है जी, उनदे विच मौके ते अपने कोले किन्ने? उसमें मौके पे 14 बच्चे हैं। ठीक है। ते ओ किनवी एलकेजी थे? हां, वो 2 से 3 साल, उसका एज ग्रुप है 2 से 3 साल वाले बच्चे प्ले वे। ठीक है। उसके लिए केयरटेकर भी है, एक मदर मैम टीचर है उनके लिए स्पेशल, उनका टाइमिंग रहता है जैसे 10 का टाइम, अभी 10 से 1 बजे तक, कल को अगर टाइम चेंज होता है तो उसमें 8 से 11 तक का टाइम रखा जाता है। ठीक है। 2-2.5 घंटे या 3 घंटे मैक्सिमम रहता है। तो सर जो दर्शक अपन देख रहे हैं साधु शहर नगरी दे या आसे पासे पिंडा दे, अगर जिमें तुसी प्ले वे इंग्लिश कॉन्वेंट स्कूल जेड़ा शुरुआत करी है, जिंदी नींव तुसी रखी है, अगर उनका अपन अच्छा रिस्पांस मिलता है? बहुत अच्छा मिला। असि भी मालिक अगे अर्ज करते हैं, बहुत ही अच्छा मिला है कि मिड सेशन लास्ट ईयर जुलाई में शुरू किया मैंने, जो कि अप्रैल से शुरू होता है, जुलाई में किया तो मेरे पास प्ले वे में 16 बच्चे हो गए, 16 में से कोई ट्रांसफर केस था या कोई अन्य कारण थे, दो एक बच्चे चले गए, 14 बच्चे मेरे पास रनिंग में, नर्सरी में बच्चे 13 बच्चे और एलकेजी में 4 बच्चे अभी रनिंग में चल रहे हैं जो आगे प्रमोट हो जाएंगे। ठीक है। और अब इस साल से नर्सरी टू 5th कर दिया है, जिसकी एफिलिएशन मैंने 2016 में डिपार्टमेंट से ले ली थी इंग्लिश मीडियम की। ठीक। प्राइमरी सेक्शन की। ठीक है। तो सर जिमें शहर वाले आसे पासे पिंड वाले आ, मतलब तुसी एक नामी शिक्षक भी होते, अपना स्कूल है जिहड़ा एक नामी स्कूलों के विच उसकी गिनती भी आती है, जे वो आपां नूं सपोर्ट करते हैं, आपां नूं अच्छा रिस्पोंस मिलता है, तो फिर अपनी फ्यूचर भविष्य में ये रहेगा 6 to 8 किया जाएगा स्टेप बाय स्टेप, फिर 6 to 10 कंप्लीट कर दिया जाएगा सेकेंडरी लेवल तक। ठीक है। अगर अपन अच्छा रिस्पॉन्स, हाँ रिस्पॉन्स है, गार्जियन आज भी रिस्पॉन्स अच्छा दे रहा है, बिल्कुल ऐसी बात नहीं, मेरे लिए रिस्पेक्टफुली है गार्जियंस और अच्छा सपोर्ट करते हैं, मुझे कभी फीस के मामले में मेरा कोई विवाद नहीं हुआ। ठीक है। जो हमारी तय फीस है वो आती है मेरी। ठीक है। तो सर सरकार का जिक्र करते हैं थोड़ा बहुत, आप जिमें सरकारी स्कूलों नू सरकार गाइड करती है क्योंकि उन्होंने अंडर आते हैं, अपना जिमें प्राइवेट सैक्टर है, तो मैं कल्ले जी एन स्कूल की नहीं गल करता, तुसी एक नामी शिक्षक हो तो अपने पूरे शहर की गल करता, मैं पूरे प्राइवेट सैक्टर की गल करूँगा, कोई यह जहाँ विचार जो तुसी सरकार के समक्ष रखना चाहो, थोनू लगन भी आह चीज़ होनी चाहिए है? ये है सर छाबड़ा जी, यहाँ साधुल शहर में लगभग 28 प्राइवेट स्कूल है, प्राइमरी भी है, मिडिल भी है, सेकेंडरी सीनियर सेकेंडरी भी है और साइंस फैकल्टी वाले भी है, अच्छे स्कूल है, मेरे ही एक अच्छा स्कूल नहीं है, सभी स्कूल अच्छे। ठीक है। गवर्नमेंट की तरफ से किसी भी विद्यालय को ऐड नहीं है सिवाय आरटीई के, जो आरटीई का मतलब ये है कि निःशुल्क जो बच्चे गवर्नमेंट के भी जितने एडमिशन हो रहे हैं उसका 25% आप फ्री पढ़ाओगे, हम फ्री पढ़ा रहे हैं सभी, लेकिन गवर्नमेंट की तरफ से जो हमें पुनर्भरण है रीपेमेंट जो है इन बच्चों का उस समय पे नहीं मिल पाता, ये सबसे बड़ा उस समय पे किसी भी विद्यालय को समय पे नहीं मिल पाता। ठीक है। इस मतलब गए सालों के भी पेंडिंग बजट पड़ा है, लोगों की फीस पड़ी है जो हमने सरकार से लेनी है, बिल हमने भेज दिए हैं, लेकिन उसमें बजट का या कोई ऐसा कारण हो जाता है जिसकी वजह से 2-2 साल तक आरटी का पेमेंट नहीं आता, नहीं आता। फिर भी हम स्कूल फीस से या अपने सोर्स से कभी स्कूल के जो खर्च हैं वो कम नहीं होने देते, चाहे सैलरी है, चाहे बिल्डिंग रेंट पे भी है, कई बिल्डिंग स्कूल्स
वो रेंट पे भी है, रेंट भी अदा करते हैं, व्हीकल जो चला रहे हैं, व्हीकल के जो चालक परिचालक है उनको भी पेमेंट कर रहे हैं, उन पर भी खर्चा लग रहा है। मेरे पास स्कूल वैन नहीं है, अन्य साथियों के पास वैने हैं, वो भी बड़ी मुश्किल से इस बजट को अपने स्तर पर चला रहे हैं और माँ बाप को बेहतर सुविधा देगा। आसपास के गाँवों से बच्चे बहुत आते हैं और अच्छी शिक्षा है। मेरा ये मानना है सादुल शहर में कम फीस में बहुत अच्छी एजुकेशन होती है, बहुत अच्छी एजुकेशन दे रहे हैं प्राइवेट स्कूल। तो सर जिमें जिक्र करते हैं अपना स्टडी द अपने स्कूल दी, जी हाँ सर, जीएन स्कूल असी खुद बचपन च इत्थे पढ़े हुए हैं, जी हाँ जी हाँ, तो इत्थों पढ़ के बच्चे अज सरकारी महकमिया दे विच बैठे, वड्डे वड्डे अहुदियां ते बैठे आ रहे, इस्तकात बन गए। तो सर थोनू किदां ना लगदा वी थोड़े अंडर पढ़े बच्चे अज इत्थों तक पहुंचे हैं? तां बहुत बड़ी खुशी और गर्व महसूस होता है कि सादुल शहर के गार्जियन ने मेरे पास बच्चे भेजे, हमने हर संभव प्रयास करके अपना बेस्ट से बेस्ट दे के अच्छा स्टाफ रख के उन बच्चों को शिक्षित किया। आज वो अपने मुकाम पे पहुंच गए हैं, उनका एक जीवन भी सफल है, परिवार भी सफल है, उनके भी आगे बच्चे हो गए, वो भी यहाँ पढ़ रहे हैं, जो स्टूडेंट पढ़ के गए थे उनके बच्चे भी मेरे पास पढ़ रहे हैं, बिल्कुल अच्छे अच्छे ओहदों पर हैं वो, और मिलते भी हैं, कभी आते भी हैं, विद्यालय आके भ्रमण करते हैं, विजिट करते हैं, स्कूल देखते हैं, बहुत खुश होते हैं। कुछ बच्चे कहते हैं 2 नंबर में बैठते थे, रूम नंबर 3 में, रूम नंबर 4, या असेंबली प्रेयर होती थी, या हमारे प्री बोर्ड होते थे, वो आते हैं अक्सर, विजिट करते हैं। बहुत सारे बच्चे बैंकों में भी हैं, टीचर्स एजुकेशन लाइन में भी है, पुलिस में भी है, और प्रशासनिक सेवा में भी है, और स्वास्थ्य सेवा में भी बहुत सारे बच्चे हैं, आते जाते रहते हैं, विजिट करते रहते हैं। हमारे स्कूल में ये है कि जो बच्चा स्टार्ट में या ज्वाइन करता है, अगर वो 10th तक रहता है बहुत बेस्ट निकलता है, बिल्कुल अन्य बच्चों से, ये मैंने देखा है, बिल्कुल। फिर भी दूसरे बच्चे भी बहुत अच्छे हैं, मेरे यहाँ से 10th पास आउट जो भी जाता है वो आगे चाहे गवर्नमेंट में जाए, प्राइवेट में जाए, +2 में +3 नामों में जीएन स्कूल के बच्चे का नाम होगा, बिल्कुल। कहीं भी आप उठा लो, शहर के प्राइवेट विद्यालय से पूछ लो, जो प्राइवेट +2 तक के हैं, साइंस फैकल्टी के, आर्ट्स के हैं, या गवर्नमेंट स्कूल है, या गर्ल्स है, सीनियर बॉयज है, उनमें जो 12वीं का रिजल्ट आप उठा के देखो तो एक दो जीएन स्कूल के टॉपर जरूर मिलेंगे। आप पोस्टर लगे, फ्लेक्स लगे भी देख लो मार्केट में 12वीं के स्कूलों में, कहीं ना कहीं मेरा एक एक बच्चा जरूर मिलेगा। हमारी स्टाफ की जो वेल स्टाफ है, बड़ा मेहनती है, और बच्चों को इस तरह से तैयार करते हैं, खास करके हमारी ये एक पहचान है, मैं मेरे मुंह से बड़ी बात कह रहा हूँ कि हम 5th बोर्ड का भी प्री बोर्ड लेते हैं, 8th बोर्ड का भी 10th बोर्ड की तरह प्री बोर्ड कम से कम 2 महीने लेते हैं, जिसका गार्जियन से कोई शुल्क नहीं लेते हैं। सर एक लास्ट क्वेश्चन है मेरा, भाई सादुल शहर च जिवें होर स्कूल है ते एक जीएन स्कूल है, जी हां जी, कोई एक विशेष फर्क जेडे तुसी एक अभिभावक ही नहीं, मतलब इस चीज़ नू ना वेखदे होए भी तुसी इस दे मालिक हो, एक एज ए अच्छे ह्यूमन दे नाते तुसी की फर्क देखदे हो? देखो, एक प्राइवेट स्कूल संचालक हो, यहाँ जितने भी प्राइवेट स्कूल संचालक हैं, विद्यालय है स्थापित है, मेरे से पहले भी हैं, मेरे से बाद में भी हैं, सभी मेरे छोटे बड़े भाई हैं, अच्छे हैं सभी लोग, अपने अपने स्तर पे बहुत बढ़िया एजुकेशन दे रहे हैं। मैं ही एक न्यू, मेरे से भी अच्छे विद्यालय हैं प्राइवेट स्कूल, ठीक है, मेरा ये मानना है। ठीक है, तो सर असी थोनू रिक्वेस्ट करेंगे भी अपना स्टाफ नाल थोड़ी जी गलबात कर सकते हैं, फिर कर सकते हैं। मैम सब तो पहला अपना नाम दसो, तो की सब्जेक्ट तुसी इत्थे पढ़ाउंदे? मेरा नाम सरिता छाबड़ा है, मैं यहाँ पे इंग्लिश करवा रही हूँ। ठीक है मैम, एक चीज़ पूछते हैं थोनू भी, करोना का समय आया, उस तो बाद सरकार वालों तो प्राइवेट सैक्टर है चाहे गोरमेंट सैक्टर है, स्कूलों वालों मतलब जो छोटे बच्चे है चाहे वे बच्चे उन्होंने ऑनलाइन क्लासेस के उत्ते ज़्यादा जोर दिता गया, तो इसके की नुकसान वेखते हो, की फायदे देखते हो? फायदे ये हुए हैं कि बच्चा स्टडी से जुड़ा रहे, और नुकसान ये है कि बच्चा मोबाइल से इतना जुड़ गया कि वो मोबाइल के बिना रह ही नहीं सकता, उसकी हैबिट बन गई, उसको खाना भी चाहिए ना तो पहले मोबाइल दो फिर वो खाना खाता है, नहीं तो कहेगा नहीं खाता मैं, और लॉस भी होता है बेनिफिट भी होता है दोनों चीज़ों का। तो ज़्यादा की वेख दो फायदा या नुकसान? ज़्यादा तो नुकसान ही होता है बच्चों को। ठीक है, तो ये इतों के सरिता मैडम ने अपना विचार दसे, तो मैडम अपने नाम से की सब्जेक्ट आप पढ़ा रहे हैं दसो? मेरा नाम सुनैना, मैं यहाँ पे इंग्लिश टीचिंग करवा रही हूँ। ठीक है, तो अज स्कूल दे विच एक फंक्शन है, उस फंक्शन की डिटेल तुसी दिओ, ते सर भी कह रहे सी जिहड़ा आपां इत्थे प्ले वे इंग्लिश कॉन्वेंट का सिस्टम शुरू करिया उन्नू मैन इंचार्ज तुसी हो, उन्दे बारे थोड़ा जिहा दसो।
ਇਹਦੇ ਵਿੱਚ ਤੁਹਾਨੂੰ ਮੈਂ ਸਹੀ ਮੇਨਲੀ ਗੱਲ ਇਹ ਦੱਸਾਂ ਕਿ ਅੱਜ ਦੀ ਮਤਲਬ ਕਲਚਰ ਦੇ ਅਕੋਰਡਿੰਗ, ਅੱਜ ਦੀ ਜਨਰੇਸ਼ਨ ਦੇ ਅਕੋਰਡਿੰਗ ਸਾਨੂੰ ਇੰਗਲਿਸ਼ ਦੇ ਲੈਵਲ ਨੂੰ ਹਾਈ ਕਰਨ ਵਾਸਤੇ ਪਹਿਲਾਂ ਹੀ ਹਿੰਦੀ ਮੀਡੀਅਮ ਸਕੂਲ ਸੀ ਅਤੇ ਬੱਚੇ ਚਾਹੁੰਦੇ ਸੀ ਕਿ ਸਾਨੂੰ ਇੰਗਲਿਸ਼ ਜ਼ਿਆਦਾ ਸਿਖਾਈ ਜਾਵੇ ਅਤੇ ਅਸੀਂ ਇਸ ਵਾਸਤੇ ਡਿਸੀਜ਼ਨ ਲਿਆ ਕਿ ਅਸੀਂ ਹੁਣ ਆਹ ਸਕੂਲ ਇੰਗਲਿਸ਼ ਮੀਡੀਅਮ ਓਪਨ ਕਰਨਾ ਚਾਹਵਾਂਗੇ। ਠੀਕ ਹੈ, ਲਾਸਟ ਈਅਰ ਮਿਡ ਸੈਸ਼ਨ 'ਚ ਅਸੀਂ ਇਹਨੂੰ ਸਟਾਰਟ ਕੀਤਾ। ਹੁਣ ਸਾਨੂੰ ਇੱਥੇ ਜਿਵੇਂ ਜਿਵੇਂ ਇੰਪਰੂਵਮੈਂਟ ਸਾਨੂੰ ਲੱਗ ਰਹੀ ਹੈ ਕਿ ਹਾਂਜੀ ਬੱਚੇ ਇੰਟਰਸਟ ਲੈ ਰਹੇ ਆ, ਪੇਰੈਂਟਸ ਵੀ ਚਾਹੁੰਦੇ ਆ ਕਿ ਸਾਡੇ ਬੱਚੇ ਇਸ ਸਕੂਲ 'ਚ ਵੀ ਸਟੱਡੀ ਕਰਨ, ਕਿਉਂ ਪਿਛਲੇ 33 ਸਾਲਾਂ ਤੋਂ ਇਸ ਸਕੂਲ ਦਾ ਐਕਸਪੀਰੀਅੰਸ ਹੈ ਹਿੰਦੀ ਮੀਡੀਅਮ 'ਚ। ਇਸ ਸਕੂਲ ਨੂੰ ਪੂਰੀ ਮੰਡੀ ਵਿੱਚ, ਪੂਰੇ ਸ਼ਾਹਦੁਲ ਸ਼ਹਿਰ ਵਿੱਚ ਬਹੁਤ ਚੰਗੀ ਤਰੀਕੇ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਅੱਜ ਦੇ ਸਾਡੇ ਫੰਕਸ਼ਨ ਕਰਵਾਉਣ ਦਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਅੱਗੇ ਤੋਂ ਅੱਗੇ ਐਨਕਰੇਜ ਕਰ ਸਕੀਏ ਬੱਚਿਆਂ ਨੂੰ, ਪੇਰੈਂਟਸ ਨੂੰ, ਕਿ ਅਸੀਂ ਬਹੁਤ ਜ਼ਿਆਦਾ ਆਪਦਾ 100% ਦੇਣ ਦੀ ਕੋਸ਼ਿਸ਼ ਕਰ। ਮੈਮ ਕੀ ਨਾਮ ਆਪਣਾ ਅਤੇ ਕੀ ਸਬਜੈਕਟ ਆਪਾਂ ਪੜ੍ਹਾ ਰਹੇ? ਮੇਰਾ ਨਾਮ ਰੁਚੀ ਡੋਡਾ ਹੈ ਔਰ ਮੈਂ ਯਹਾਂ ਹਿੰਦੀ ਪੜ੍ਹਾ ਰਹੀ ਹੂੰ ਔਰ ਬੱਚੇ ਬਹੁਤ ਜ਼ਿਆਦਾ ਇੰਟਰਸਟ ਲੈ ਰਹੇ ਹੈ ਹਿੰਦੀ ਸਿਖਾਉਣੇ ਮੇਂ, ਮੇਰੇ ਕੋ ਬਹੁਤ ਮਜ਼ਾ ਆਤਾ ਹੈ ਔਰ ਬੱਚੇ ਵੀ ਸਿੱਖਣੇ ਮੇਂ ਬਹੁਤ ਜ਼ਿਆਦਾ ਇੰਟਰਸਟ ਲੈਤੇ ਹੈ। ਇਸ ਥੋੜ੍ਹੀ ਹਿੰਦੀ ਟਫ ਜ਼ਰੂਰ ਲੱਗਦੀ ਹੈ ਬੱਚੋਂ ਕੋ, ਪਰ ਬੱਚੇ ਬਹੁਤ ਆਰਾਮ ਸੇ ਸਿੱਖਤੇ ਹੈ ਉਸਕੋ ਔਰ ਆਨੰਦ ਸੇ ਸਿੱਖਤੇ ਹੈ। ਅਤੇ ਮੈਮ ਇੱਕ ਲਾਸਟ ਕੁਸ਼ਚਨ ਆ ਵੀ ਅੱਜ ਤੁਹਾਡੇ ਹੱਥਾਂ 'ਚੋਂ ਪੜ੍ਹ ਲਿਖ ਕੇ ਬੱਚੇ ਅੱਗੇ ਤੱਕ ਜਾ ਰਹੇ ਆ, ਤਾਂ ਕਿੱਦਾਂ ਦਾ ਫੀਲ ਹੁੰਦਾ ਇਹ ਐਜ ਇੱਕ ਅਭਿਭਾਵਕ, ਇੱਕ ਅਧਿਆਪਕ ਹੋਣ ਦੇ ਨਾਤੇ? ਮੇਰੇ ਕੋ ਬਹੁਤ ਅੱਛਾ ਫੀਲ ਹੋਤਾ ਹੈ, ਬੱਚੇ ਯਹਾਂ ਸੇ ਹਿੰਦੀ ਸਿੱਖ ਕੇ ਜਾਤੇ ਹੈ, ਬਾਹਰ ਜਾ ਕੇ ਉਨਕਾ ਨਾਮ ਵੀ ਹੋਤਾ ਹੈ ਔਰ ਹਮਾਰਾ ਸਕੂਲ ਕੇ ਸੰਸਥਾ ਕਾ ਵੀ ਔਰ ਹਮਾਰੇ ਟੀਚਰਸ ਕਾ ਵੀ ਨਾਮ ਬਹੁਤ ਰੋਸ਼ਨ ਕਰਤੇ ਹੈ ਬੱਚੇ। ਮੈਂ ਇਸਕੇ ਲੀਏ ਬਹੁਤ ਹੀ ਖੁਸ਼ ਹੂੰ ਵੀ ਬੱਚੇ ਬਹੁਤ ਜ਼ਿਆਦਾ ਅੱਗੇ ਜਾ ਰਹੇ ਹੈ ਔਰ ਹਮਾਰੇ ਸਕੂਲ ਕਾ ਨਾਮ ਅੱਗੇ ਨਿਕਲ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ। ਜਦੋਂ ਪੰਜਾਬੀ ਪੜ੍ਹਨ ਦੀ ਸ਼ੁਰੂਆਤ ਕਰੀ ਸੀ ਤਾਂ ਆਪਾਂ ਤ੍ਰਿਲੋਚਨ ਮੈਡਮ ਤੋਂ ਹੀ ਸ਼ੁਰੂਆਤ ਕਰੀ ਸੀ ਪੰਜਾਬੀ ਦੇ ਵਿੱਚ ਸ਼ੁਰੂਆਤੀ ਸਮੇਂ ਦੇ ਵਿੱਚ, ਅਤੇ ਮੈਡਮ ਨਾਲ ਆਪਾਂ ਗੁਰਮੁਖੀ ਦੇ ਉੱਤੇ ਦੋ ਕੁ ਵਿਚਾਰ ਸੁਣਾਂਗੇ। ਮੈਮ ਗੁਰਮੁਖੀ ਨੂੰ ਲੈ ਕੇ ਕੋਈ ਦੋ ਵਿਚਾਰ ਆਪਣੇ ਜ਼ਰੂਰ ਰੱਖੋ ਤੁਸੀਂ, ਕਿਉਂਕਿ ਅਸੀਂ ਬਚਪਨ ਤੋਂ ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਪੰਜਾਬੀ ਨਾਲ ਜੁੜੇ ਹੋਏ ਹੋ ਅਤੇ ਗੁਰਮੁਖੀ ਦੀ ਸੇਵਾ ਕਰ ਰਹੇ ਹੋ, ਕੋਈ ਦੋ ਸ਼ਬਦ? ਹਾਂਜੀ, ਪਹਿਲਾਂ ਤੋਂ ਬਹੁਤ ਇਸ ਪੰਜਾਬੀ ਦਾ ਬਹੁਤ ਕਰੇਜ਼ ਸੀ, ਜਿਵੇਂ ਕਿ ਬਹੁਤ ਮਹੱਤਤਾ ਦਿੱਤੀ ਜਾਂਦੀ ਸੀ ਇਹਨੂੰ, ਤਾਂ ਇਹਦੀ ਮਹੱਤਤਾ ਵੈਸੇ ਉਸੇ ਤਰ੍ਹਾਂ ਬਰਕਰਾਰ ਰਹਿਣੀ ਚਾਹੀਦੀ ਸੀ ਜਿਵੇਂ ਕਿ ਇਹ ਮਾਂ ਬੋਲੀ ਹੈ। ਅਤੇ ਇਹਨਾਂ ਦੇ ਵਿੱਚ ਗੁਰੂਆਂ ਪੀਰਾਂ ਨੇ ਬਾਣੀ ਵੀ ਰਚੀ, ਗੁਰੂਆਂ ਪੀਰਾਂ ਦੇ ਮਤਲਬ ਕਿ ਇਹ ਬਾਣੀ ਰਚੀ ਹੋਈ ਹੈ, ਤਾਂ ਇਹ ਬਾਣੀ ਬਰਕਰਾਰ ਰਹਿਣੀ ਚਾਹੀਦੀ ਸੀ, ਪੰਜਾਬੀ ਭਾਸ਼ਾ ਬਰਕਰਾਰ ਰਹਿਣੀ ਚਾਹੀਦੀ ਸੀ, ਇਸ ਨੂੰ ਜ਼ਿਆਦਾ ਮਹੱਤਤਾ ਦੇਣੀ ਚਾਹੀਦੀ ਸੀ। ਪਰ ਹੁਣ ਕਰੇਜ਼ ਕਿਸ ਦਾ ਹੈ, ਇੰਗਲਿਸ਼ ਜਾਂ ਹਿੰਦੀ ਦਾ, ਹਿੰਦੀ ਜਾਂ ਇੰਗਲਿਸ਼ ਨੂੰ ਮਾਨਤਾ ਦਿੱਤੀ ਗਈ ਹੈ ਜ਼ਿਆਦਾ। ਇਸ ਵਾਸਤੇ ਇਹੀ ਕਹਿੰਦੇ ਹਾਂ ਕਿ ਪੰਜਾਬੀ ਨੂੰ ਵੀ ਮਾਨਤਾ ਦਿੱਤੀ ਜਾਵੇ, ਪੰਜਾਬੀ ਦਾ ਵੀ ਮਹੱਤਤਾ ਪੂਰੀ ਰੱਖੀ ਜਾਵੇ।